ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 2 ਅਪ੍ਰੈਲ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੀ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 'ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਵਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਜਾਂ ਫਿਰ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 'ਤੇ, ਜਾਂ 408-272-5200 'ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com 'ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਡੋਨਲਡ ਟਰੰਪ ਦੇ ਸੁਪਰੀਮ ਕੋਰਟ ਨੋਮਿਨੀ ਜੱਜ ਗੌਰਸਚ ਦੀ ਸੈਨੇਟ ਕਨਫਰਮੇਸ਼ਨ ਰੋਕਣ ਦੇ ਲਈ 41 ਡੈਮੋਕ੍ਰੇਟਸ ਹੋਏ ਇਕੱਠੇ। ਕੋਲੰਬੀਆ ਦੇ ਵਿੱਚ ਆਏ ਹੜ੍ਹ ਦੇ ਵਿੱਚ 200 ਤੋਂ ਵੱਧ ਲੋਕਾਂ ਦੀ ਹੋਈ ਮੌਤ। ਹਿੰਸਾ ਭੜਕਾਉਣ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਘਿਰ ਸਕਦੇ ਹਨ ਮੁਸ਼ਕਿਲ 'ਚ। ਅਪ੍ਰੈਲ ਫੂਲ ਦਿਹਾੜੇ 'ਤੇ ਲੋਕਾਂ ਨੇ ਰਾਸ਼ਟਰਪਤੀ ਟਰੰਪ ਦਾ ਮਖੌਟਾ ਪਾ ਕੇ ਕੱਢਿਆ ਜਲੂਸ। ਸੈਨੋਜ਼ੇ ਦੇ ਵਿੱਚ ਹੋਏ ਸੜਕ ਹਾਦਸੇ 'ਚ ਬੇਟੀ ਦੇ ਸਾਹਮਣੇ ਹੋਈ ਪਿਤਾ ਦੀ ਮੌਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਨੇ ਨੋਮੀਨੇਟ ਕੀਤਾ ਹੈ ਉਹਨਾਂ ਦੀ ਸੈਨੇਟ ਕਨਫਰਮੇਸ਼ਨ ਨੂੰ ਰੋਕਣ ਦੇ ਲਈ। ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰਸ ਇਕੱਠੇ ਹੋ ਰਹੇ ਹਨ ਅਤੇ ਆ ਰਹੀਆਂ ਖਬਰਾਂ ਦੇ ਮੁਤਾਬਿਕ ਤਕਰੀਬਨ 41 ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰਸ ਜੱਜ ਗੌਰਸਚ ਦੇ ਖਿਲਾਫ ਵੋਟ ਕਰਨ ਦੇ ਲਈ ਤਿਆਰ ਹਨ ਅਤੇ ਜੇਕਰ 40 ਤੋਂ ਵੱਧ ਡੈਮੋਕ੍ਰੈਟਸ ਜਾਂ ਫਿਰ ਕੋਈ ਵੀ ਸੈਨੇਟਰਸ ਉਹਨਾਂ ਦੇ ਖਿਲਾਫ ਵੋਟ ਕਰਦੇ ਹਨ ਤਾਂ ਉਹ ਫਿਲੀਬਸਟਰ ਵਾਲੀ ਸਿਚੁਏਸ਼ਨ ਆ ਜਾਂਦੀ ਹੈ ਜਿਸ ਦੇ ਵਿੱਚ ਕਨਫਰਮੇਸ਼ਨ ਰੋਕੀ ਜਾ ਸਕਦੀ ਹੈ। ਹਾਲਾਂਕਿ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੋਨਲ ਦੇ ਸਪੈਸ਼ਲ ਅਧਿਕਾਰਾਂ ਦੇ ਤਹਿਤ ਉਹ ਰੂਲ ਦੇ ਵਿੱਚ ਚੇਂਜ ਕਰਕੇ ਕਨਫਰਮੇਸ਼ਨ ਪੱਕੀ ਕਰਵਾਉਣ ਦੇ ਵੱਲ ਵੱਧ ਸਕਦੇ ਹਨ ਅਤੇ ਪਿਛਲੇ ਹਫ਼ਤੇ ਉਹਨਾਂ ਦੇ ਵੱਲੋਂ ਆਈ ਗਈ ਇਸੇ ਖਬਰ ਦੇ ਮੁਤਾਬਿਕ ਜੇਕਰ ਡੈਮੋਕ੍ਰੈਟਿਕ ਪਾਰਟੀ ਨੇ ਜੱਜ ਗੌਰਸਚ ਦੀ ਕਨਫਰਮੇਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈਜੋਰਟੀ ਲੀਡਰ ਮਿਚ ਮਕੋਨਲ ਆਪਣੇ ਸਪੈਸ਼ਲ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਸੈਨੇਟ ਕਨਫਰਮੇਸ਼ਨ ਦੇ ਉੱਤੇ ਮੋਹਰ ਲਾਉਣਗੇ। ਇਹਨਾਂ ਅਧਿਕਾਰਾਂ ਦੇ ਤਹਿਤ ਸੈਨੇਟ ਇੱਕ ਨਿਊਕਲੀਅਰ ਆਪਸ਼ਨ ਵਰਤ ਸਕਦੀ ਹੈ ਜਿਸ ਦੇ ਵਿੱਚ ਫਿਲਬਸਟਰ ਵਾਲੀ ਕੰਡੀਸ਼ਨ 51 ਵੋਟਾਂ ਦੇ ਨਾਲ ਕੱਟੀ ਜਾ ਸਕਦੀ ਹੈ। ਹਾਲਾਂਕਿ ਕੁਝ ਕੁ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰਸ ਇਸ ਦੇ ਉੱਤੇ ਪੱਕਾ ਫੈਸਲਾ ਨਹੀਂ ਕਰ ਪਾ ਰਹੇ ਕਿ ਉਹ ਜੱਜ ਗੌਰਸਚ ਦੇ ਖਿਲਾਫ਼ ਵੋਟਿੰਗ ਕਰਨਗੇ ਜਾਂ ਫਿਰ ਉਹਨਾਂ ਦੇ ਹੱਕ ਦੇ ਵਿੱਚ, ਅਤੇ ਇਸ ਹਫ਼ਤੇ ਹੋਣ ਵਾਲੀ ਸੈਨੇਟ ਕਨਫਰਮੇਸ਼ਨ 'ਤੇ ਹੀ ਪਤਾ ਚੱਲੇਗਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰਸ ਕਿਸ ਪਾਸੇ ਨੂੰ ਰੁੱਖ ਕਰ ਰਹੇ ਹਨ। ਹਾਲਾਂਕਿ ਰਿਪਬਲਿਕਨ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਡੈਮੋਕ੍ਰੈਟਿਕ ਪਾਰਟੀ ਨੇ ਫਿਲਬਸਟਰ ਵਾਲੀ ਕੰਡੀਸ਼ਨ ਪੈਦਾ ਕੀਤੀ ਤਾਂ ਉਸ ਮਾਮਲੇ ਦੇ ਵਿੱਚ ਉਹ ਨਿਊਕਲੀਅਰ ਆਪਸ਼ਨ, ਜੋ ਕਿ ਸੈਨੇਟ ਦਾ ਇੱਕ ਨਿਊਕਲੀਅਰ ਸਦਨ ਸੱਦ ਕੇ ਜੱਜ ਗੌਰਸਚ ਦੀ ਸੁਪਰੀਮ ਕੋਰਟ ਦੀ ਕਨਫਰਮੇਸ਼ਨ ਪੱਕੀ ਕਰ ਸਕਦੇ ਹਨ। ਕੋਲੰਬੀਆ ਦੇ ਵਿੱਚ ਆਏ ਭੀਸ਼ਣ ਹੜ੍ਹ ਦੇ ਕਾਰਨ 200 ਤੋਂ ਵੱਧ ਮੌਤਾਂ ਹੋਈਆਂ ਹਨ। ਸ਼ੁੱਕਰਵਾਰ ਰਾਤ ਨੂੰ ਜਦੋਂ ਲੋਕ ਘਰਾਂ ਦੇ ਵਿੱਚ ਸੁੱਤੇ ਹੋਏ ਸਨ ਤਾਂ ਅਚਾਨਕ ਮਕੋਆ ਦੇ ਸਾਈਡ ਦੇ ਉੱਤੇ 3 ਰਿਵਰਸ ਦਾ ਪਾਣੀ ਦਾ ਲੈਵਲ ਇੱਕੋਦਮ ਵੱਧ ਗਿਆ ਅਤੇ ਪੂਰੇ ਇਲਾਕੇ ਦੇ ਵਿੱਚ ਹੜ੍ਹ ਆ ਗਏ। ਇਸ ਦੇ ਨਾਲ ਲੋਕਾਂ ਦੇ ਘਰਾਂ ਦਾ ਪੂਰੀ ਤਰ੍ਹਾਂ ਨੁਕਸਾਨ ਹੋਇਆ ਹੈ ਅਤੇ ਇਸ ਦੇ ਵਿੱਚ 200 ਜਾਨਾਂ ਗਈਆਂ ਹਨ ਅਤੇ ਕਈ ਲੋਕ ਇਸ ਦੇ ਵਿੱਚ ਲਾਪਤਾ ਹਨ। ਪਾਣੀ ਉਤਰਨ ਤੋਂ ਬਾਅਦ ਹੁਣ ਲੋਕ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਕਿ ਉਸਨੇ ਲਗਭਗ ਸਾਰੇ ਘਰ ਖਤਮ ਕਰ ਦਿੱਤੇ। ਦੱਸਿਆ ਜਾਂਦਾ ਹੈ ਕਿ 1999 ਦੇ ਵਿੱਚ ਹੀ ਹਾਈਡਰੋਲੋਜੀ ਰਿਪੋਰਟ ਦੇ ਮੁਤਾਬਿਕ ਐਗਰੀਕਲਚਰ ਮਿਨਿਸਟਰੀ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਦਰਿਆਵਾਂ ਦੇ ਕਿਨਾਰੇ ਉਚਿਤ ਪ੍ਰਬੰਧ ਨਾ ਕੀਤੇ ਗਏ ਤਾਂ ਇੱਕ ਭੀਸ਼ਣ ਤਬਾਹੀ ਹੋ ਸਕਦੀ ਹੈ। ਪਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ
ਸਾਂਭਣ ਲਈ ਕੋਈ ਵੀ ਕਦਮ ਨਹੀਂ ਚੱਕੇ ਗਏ, ਜਿਸ ਦੇ ਕਰਕੇ ਹੁਣ ਇਸ ਫਲੱਡ ਦੇ ਵਿੱਚ ਭਾਰੀ ਨੁਕਸਾਨ ਹੋਇਆ। ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਕਾਫੀ ਹੱਦ ਤੱਕ ਛੋਟੇ ਬੱਚੇ ਵੀ ਸ਼ਾਮਿਲ ਸਨ। ਰੈਸਕਿਊ ਟੀਮਸ ਹੁਣ ਉੱਥੇ ਪਹੁੰਚ ਕੇ ਲੋਕਾਂ ਨੂੰ ਕੱਢ ਰਹੀਆਂ ਹਨ ਅਤੇ ਇਸ ਦੇ ਨਾਲ ਨਾਲ ਜੋ ਮਲਬਾ ਉੱਥੇ ਪਿਆ ਹੋਇਆ ਹੈ ਉਸ ਦੇ ਵਿੱਚੋਂ ਲੋਕਾਂ ਨੂੰ ਭਾਲਿਆ ਜਾ ਰਿਹਾ ਹੈ। ਖ਼ਬਰਾਂ ਦੇ ਮੁਤਾਬਿਕ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਲੂਇਸਵਿਲੇ ਦੇ ਵਿੱਚ ਇੱਕ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਦੌਰਾਨ ਰੈਲੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਹਿੰਸਾ ਭੜਕਾਉਣ ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਸ ਪੂਰੇ ਮੁਕੱਦਮੇ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰਪਤੀ ਟਰੰਪ ਦੇ ਵਕੀਲਾਂ ਨੇ ਤਿੰਨ ਪ੍ਰਦਰਸ਼ਨਕਾਰੀਆਂ ਵੱਲੋਂ ਦਰਜ ਕਰਵਾਏ ਗਏ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਕੈਂਟਕੀ ਦੇ ਲੂਇਸਵਿਲੇ ਦੇ ਵਿੱਚ 1 ਮਾਰਚ 2016 ਨੂੰ ਹੋਈ ਰੈਲੀ ਦੇ ਵਿੱਚ ਟਰੰਪ ਦੇ ਸਮਰਥਕਾਂ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਹਿੰਸਾ ਕੀਤੀ ਸੀ। ਇਸ ਦੇ ਉੱਤੇ ਵਕੀਲਾਂ ਨੇ ਦਲੀਲ ਦਿੱਤੀ ਕਿ ਰਾਸ਼ਟਰਪਤੀ ਟਰੰਪ ਦਾ ਆਪਣੇ ਸਮਰਥਕਾਂ ਨੂੰ ਉਕਸਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ। ਪ੍ਰਦਰਸ਼ਨਕਾਰੀਆਂ 'ਚੋਂ 2 ਔਰਤਾਂ ਅਤੇ 1 ਮਰਦ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਹੁਕਮ 'ਤੇ ਹੀ ਉਹਨਾਂ ਦੇ ਸਮਰਥਕਾਂ ਨੇ ਸਾਨੂੰ ਧੱਕਾ ਦਿੱਤਾ ਅਤੇ ਸਾਡੇ ਨਾਲ ਕੁੱਟਮਾਰ ਕੀਤੀ। ਇਸ ਪੂਰੀ ਘਟਨਾ ਦੇ ਕਈ ਵੀਡੀਓ ਦ੍ਰਿਸ਼ ਵੀ ਕੈਦ ਹੋਏ ਹਨ। ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਟਰੰਪ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਕੇ ਇਹ ਕਹਿੰਦੇ ਹੋਏ ਬੋਲ ਰਹੇ ਹਨ ਕਿ ਇਹਨਾਂ ਨੂੰ ਬਾਹਰ ਕੱਢੋ। ਲੂਇਸਵਿਲੇ ਦੇ ਵਿੱਚ ਜੱਜ ਡੇਵਿਡ ਜੇ ਹੇਲ ਨੇ ਸ਼ੁੱਕਰਵਾਰ ਨੂੰ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਟਰੰਪ ਅਤੇ ਉਹਨਾਂ ਦੇ 3 ਸਮਰਥਕਾਂ ਖਿਲਾਫ਼ ਮੁਕੱਦਮਾ ਜਾਰੀ ਰਹੇਗਾ। ਹੇਲ ਨੇ ਉਹਨਾਂ ਸਬੂਤਾਂ ਨੂੰ ਪੁਖਤਾ ਬਰਾਮਦ ਕੀਤਾ ਜਿਨ੍ਹਾਂ ਦੇ ਨਾਲ ਇਹ ਦੋਸ਼ ਸਿੱਧ ਹੁੰਦਾ ਹੈ ਕਿ ਟਰੰਪ ਦੀ ਗਤੀਵਿਧੀਆਂ ਦੇ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ। ਨਿਊਯਾਰਕ ਦੇ ਵਿੱਚ ਐਪ੍ਰਲ ਫੂਲ ਵਾਲੇ ਦਿਨ ਦਰਜਨਾਂ ਲੋਕਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੁਖੌਟਾ ਪਾ ਕੇ ਜਲੂਸ ਕੱਢਿਆ। ਜਲੂਸ ਦੇ ਵਿੱਚ ਟੋਇਲਟ ਸੀਟ ਦੇ ਉੱਤੇ ਬੈਠੇ ਹੋਏ ਰਾਸ਼ਟਰਪਤੀ ਟਰੰਪ ਦੇ ਪੁਤਲੇ ਨੂੰ ਵੀ ਸ਼ਾਮਿਲ ਕੀਤਾ ਗਿਆ। ਅਪ੍ਰੈਲ ਫੂਲ ਵਾਲੇ ਦਿਨ ਕੱਢੀ ਜਾਣ ਵਾਲੀ ਪਰੇਡ ਦਾ ਇਹ 32ਵਾਂ ਸਾਲ ਹੈ, ਪਰ ਸਾਲ 2017 ਦੀ ਰੈਲੀ ਦੇ ਵਿੱਚ ਕੁਝ ਵੱਖਰਾ ਹੋਇਆ ਜਦੋਂ ਰਾਸ਼ਟਰਪਤੀ ਦਾ ਮੁਖੌਟਾ ਪਾ ਕੇ ਲੋਕਾਂ ਨੇ ਜਲੂਸ ਕੱਢਿਆ। ਇਸ ਪੂਰੇ ਜਲੂਸ ਦਾ ਪ੍ਰਬੰਧ ਕਰਨ ਵਾਲੀ 44 ਸਾਲ ਦੀ ਜੂਡੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਸਾਲ ਬਹੁਤ ਖਾਸ ਹੈ। ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਮੁਖੌਟੇ ਦੇ ਨਾਲ ਖੇਡਦਿਆਂ ਕਿਹਾ ਕਿ ਸਾਨੂੰ ਹਰ ਮੌਕੇ ਦਾ ਲਾਭ ਚੁੱਕਣ ਦੀ ਲੋੜ ਹੈ। ਸਾਨੂੰ ਵਾਈਟ ਹਾਊਸ ਦੇ ਮੂਰਖ ਦੇ ਬਾਰੇ ਆਪਣੀਆਂ ਭਾਵਨਾਵਾਂ ਨੂੰ ਦਿਖਾਉਣਾ ਪਵੇਗਾ। ਜਲੂਸ ਦੇ ਪ੍ਰਬੰਧਕ ਜੋਏ ਸਕੇਗਸ ਨੇ ਇਸ ਸਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਰਬਸੰਮਤੀ ਦੇ ਨਾਲ ਮੂਰਖਾਂ ਦਾ ਰਾਜਾ ਚੁਣਿਆ ਅਤੇ ਦੱਸਿਆ ਜਾ ਰਿਹਾ ਕਿ ਇਸ ਰੈਲੀ ਦੇ ਵਿੱਚ ਮੇਕ ਰਸ਼ੀਆ ਗ੍ਰੇਟ ਅਗੇਨ ਦੇ ਨਾਅਰੇ ਵੀ ਲੱਗੇ। ਨਿਊਯਾਰਕ ਦੇ 5th Avenue ਅਤੇ ਸੈਂਟਰਲ ਪਾਰਕ ਤੋਂ ਇਸ ਜਲੂਸ ਦੀ ਸ਼ੁਰੂਆਤ ਹੋਈ ਅਤੇ ਟਰੰਪ ਟਾਵਰ ਤੋਂ ਪਹਿਲਾਂ ਇਹ ਜਲੂਸ ਖਤਮ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਫਸਟ ਲੇਡੀ ਮਲਾਨੀਆ ਟਰੰਪ ਹਜੇ ਵੀ ਟਰੰਪ ਟਾਵਰ ਦੇ ਵਿੱਚ ਰਹਿੰਦੀ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਰਸ਼ੀਆ ਮੁੱਦੇ ਦੇ ਉੱਤੇ ਘਿਰਦੇ ਦਿਖਾਈ ਦੇ ਰਹੇ ਹਨ, ਜਿੱਥੇ ਕਿ ਉਹਨਾਂ ਦੇ ਸਾਬਕਾ ਸੁਰੱਖਿਆ ਐਡਵਾਈਜ਼ਰ ਮਾਈਕਲ ਫਲਿਨ ਵੀ FBI ਦੇ ਸਾਹਮਣੇ ਇਮਿਊਨਿਟੀ ਦੀ ਸ਼ਰਤ 'ਤੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ ਸਾਰੇ ਭੇਦ ਖੋਲ੍ਹਣ ਦੇ ਲਈ ਤਿਆਰ ਹੋ ਗਏ ਹਨ। ਸੈਨਹੋਜ਼ੇ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਇੱਕ ਟ੍ਰੇਲਰ ਦੇ ਹੇਠਾਂ ਇੱਕ ਕਾਰ ਆ ਗਈ, ਜਿਸ ਦੇ ਕਰਕੇ ਮੌਕੇ ਦੇ ਉੱਤੇ ਹੀ ਉਸ ਵਿਅਕਤੀ ਦੀ ਮੌਤ ਹੋ ਗਈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਾਰਕ ਐਵਨਿਊ ਅਤੇ ਮੈਕਓਵੇ ਸਟ੍ਰੀਟ ਦੇ ਉੱਤੇ ਇਸ ਹਾਦਸੇ ਦੇ ਉੱਤੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਇੱਕ ਭੀਸ਼ਣ ਮੰਜ਼ਰ ਦੇਖਿਆ ਜਿਸ ਦੇ ਵਿੱਚ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਪਰ ਉਹਨਾਂ ਦੀ ਬੈਕ ਸੀਟ ਦੇ ਉੱਤੇ ਉਸਦੀ ਕੁੜੀ ਬੈਠੀ ਹੋਈ ਸੀ। ਹਾਲਾਂਕਿ ਉਸਨੂੰ ਕੋਈ ਵੀ ਸੱਟ ਨਹੀਂ ਵੱਜੀ, ਪਰ ਉਹ ਉਸ ਸਮੇਂ ਬਹੁਤ ਬੁਰੀ ਤਰ੍ਹਾਂ ਡਰੀ ਹੋਈ ਸੀ। ਇਸ ਹੋਏ ਹਾਦਸੇ ਦੇ ਵਿੱਚ ਇੱਕ ਕਾਰ ਟ੍ਰੇਲਰ ਦੇ ਹੇਠਾਂ ਆ ਕੇ ਦੱਬ ਗਈ, ਜਿਸ ਦੇ ਨਾਲ ਉਸਦੀ ਛੱਤ ਪੂਰੀ ਤਰ੍ਹਾਂ ਟੁੱਟ ਗਈ ਅਤੇ ਇਸ ਹਾਦਸੇ ਦੇ ਵਿੱਚ ਲੜਕੀ ਦੀ ਜਾਨ ਬਚੀ ਹੈ ਅਤੇ ਉਸਨੂੰ ਸੈਨਹੋਜ਼ੇ ਪੁਲਿਸ ਨੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਹੈ ਅਤੇ ਉਸਦੀ ਪੂਰੀ ਤਰ੍ਹਾਂ ਮੈਂਟਲ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਹੋਏ ਇਸ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਕੰਸਟਰਕਸ਼ਨ ਵੀ ਚੱਲ ਰਹੀ ਸੀ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਕੈਲ ਓਸ਼ਾ, ਜੋ ਕਿ ਸਟੇਟ ਦੀ ਵਰਕਪਲੇਸ ਸੇਫਟੀ ਏਜੰਸੀ ਹੈ, ਉਸਨੂੰ ਸੰਮਨ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦੇ ਲਈ ਕਿਹਾ ਗਿਆ ਹੈ। ਇਹ ਹਾਦਸਾ ਸੈਨਹੋਜ਼ੇ ਸ਼ਹਿਰ ਦਾ ਇਸ ਸਾਲ ਦਾ 11ਵਾਂ ਟ੍ਰੈਫਿਕ ਹਾਦਸਾ ਹੋਇਆ। ਇਸ ਸਾਲ ਸੈਨਹੋਜ਼ੇ ਦੇ ਵਿੱਚ ਪੈਡੈਸਟ੍ਰੀਅਨ ਮੌਤਾਂ ਦੇ ਵਿੱਚ ਵੀ ਕਾਫ਼ੀ ਵਾਧਾ ਹੋਇਆ ਅਤੇ ਸੈਨਹੋਜ਼ੇ ਪੁਲਿਸ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖ਼ਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 74 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 48 ਡਿਗਰੀ।
ਸੈਨ ਫਰਾਂਸਿਸਕੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟੋਕਟਨ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਲਾਸ ਏਂਜਲਸ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟਰਕੀ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸੈਟਲ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਮੀਂਹ ਪਵੇਗਾ। ਨਿਊਯਾਰਕ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਵੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟੋਕ ਮਾਰਕੀਟ ਬੰਦ ਰਹੀ। ਅਗਲੀ ਸਟੋਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-100 'ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com 'ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।